ਅਰੇ ਦਰਸ਼ਕਾਂ ਦਾ ਮੈਂ ਮਾਨ ਸਵਾਗਤ ਕਰਦੀ ਹਾਂ। ਹਾਂਜੀ, ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਚੰਦੂ ਮਾਜਰਾ ਨੇ ਛੱਡੀ ਸਿਆਸਤ। ਤਾਂ ਇੱਥੇ ਇੱਕ ਇੰਟਰਵਿਊ ਚੰਦੂ ਮਾਜਰਾ ਜੀ ਦਾ ਜਿਹੜਾ ਕਾਫੀ ਵਾਇਰਲ ਹੋ ਰਿਹਾ, ਜਿਸਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਅਕਾਲੀ ਦਲ ਦਾ ਵੱਡਾ ਚਿਹਰਾ ਨੇ, ਵੱਡਾ ਨਾਂ ਹੈ, ਤੇ ਉਹ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਇੱਥੇ ਅਕਾਲੀ ਦਲ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਨਹੀਂ ਸੁਧਰੀ ਤਾਂ ਇੱਥੇ ਕਿਤੇ ਨਾ ਕਿਤੇ ਮੈਂ ਸਿਆਸਤ ਛੱਡ ਦਿਆਂਗਾ ਤੇ 2025 ਦੀਆਂ ਜਿਹੜੀ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੈਂ ਹਿੱਸਾ ਨਹੀਂ ਲਿਆਂਗਾ, ਚੋਣਾਂ ਨਹੀਂ ਲੜਾਂਗਾ। ਪਰ ਸਵਾਲ ਇੱਥੇ ਹੈ ਕਿ ਸਿਆਸਤ ਇੱਥੇ ਛੱਡਣਗੇ ਜਾਂ ਪਾਰਟੀ ਛੱਡਣਗੇ? ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਹੁਣ ਦੋਪਾੜ ਹੋ ਚੁੱਕੀ ਹੈ, ਦੋ ਹਿੱਸੇ ਜਿਹੜੇ ਨੇ ਅਕਾਲੀ ਦਲ ਦੇ ਵੰਡੇ ਗਏ ਨੇ। ਇੱਕ ਪਾਸੇ ਬਾਗੀ ਧੜਾ ਖੜਾ ਹੈ ਜੋ ਚਾਹੁੰਦਾ ਹੈ ਸੁਖਬੀਰ ਬਾਦਲ ਇੱਥੇ ਪ੍ਰਧਾਨਗੀ ਛੱਡਣ, ਤੇ ਦੂਜੇ ਪਾਸੇ ਉਹ ਧੜਾ ਹੈ ਜੋ ਚਾਹੁੰਦਾ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਬਰਕਰਾਰ ਰਹੇ। ਤਾਂ ਵੱਡਾ ਸਵਾਲ ਇੱਥੇ ਹੈ ਕਿ ਚੰਦੂ ਮਾਜਰਾ ਜਿਹੜੇ ਨੇ ਉਹ ਸਿਆਸਤ ਛੱਡਣਗੇ ਜਾਂ ਫਿਰ ਪਾਰਟੀ ਛੱਡਣਗੇ? ਕਿਉਂਕਿ ਕਿਆਸ ਇੱਥੇ ਵੀ ਲਗਾਏ ਜਾ ਰਹੇ ਨੇ ਕਿਉਂਕਿ ਚੰਦੂ ਮਾਜਰਾ ਦੇ ਕਿਤੇ ਨਾ ਕਿਤੇ ਜਿਹੜੇ ਬੀਜੇਪੀ ਪਾਰਟੀ ਦੇ ਨਾਲ ਕਾਫੀ ਗੂੜੇ ਤੇ ਅੱਛੇ ਸੰਬੰਧ ਵੀ ਨੇ। ਤਾਂ ਇੱਥੇ ਲੋਕਾਂ ਦੇ ਵੱਲੋਂ ਇਹ ਲਗਾਤਾਰ ਕਿਆਸ ਵੀ ਲਗਾਏ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਬਾਕੀ ਇੱਥੇ ਪਾਰਟੀ ਨੂੰ ਵੀ ਛੱਡ ਸਕਦੇ ਨੇ। ਤੇ ਜੇਕਰ ਗੱਲ ਆਉਂਦੀ ਹੈ ਸਿਆਸਤ ਦੀ ਤਾਂ ਇੱਥੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਿਰਫ ਰਾਜਨੀਤਿਕ ਸਟੰਟ ਖੇਡਿਆ ਜਾਂਦਾ ਹੈ, ਇੱਥੇ ਸਿਆਸਤ ਹਾਲਾਂਕਿ ਕੋਈ ਵੀ ਲੀਡਰ ਛੱਡਣਾ ਨਹੀਂ ਚਾਹੁੰਦਾ। ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਹੈ ਉਹ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਸਰ, ਕਿੱਥੋਂ ਬੋਲਦੇ ਹੋ? ਸੰਜੀਵ ਸ਼ਰਮਾ ਬੋਲ ਰਿਹਾ ਜੀ, ਖਰੜ ਤੋਂ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਈਵਨ ਪੰਜਾਬੀ ਟੀਵੀ ਤੇ। ਧੰਨਵਾਦ ਮੈਡਮ, ਬਹੁਤ ਬਹੁਤ ਧੰਨਵਾਦ ਜੀ। ਕੀ ਕਹਿਣਾ ਚਾਹੋਗੇ ਸਰ, ਅੱਜ ਫਿਰ ਤੋਂ ਆਪਾਂ ਇੱਕ ਵਾਰ ਅਕਾਲੀ ਦਲ ਪਾਰਟੀ ਦੇ ਨਾਲ ਜੁੜਿਆ ਹੋਇਆ ਵੱਡਾ ਚਿਹਰਾ ਜੋ ਕਿ ਚੰਦੂ ਮਾਜਰਾ ਨੇ, ਉਹਨਾਂ ਦੀ ਕਿਤੇ ਨਾ ਕਿਤੇ ਆਪਾਂ ਵਿਸ਼ਾ ਵੀ ਲੈ ਕੇ ਆਏ ਹਾਂ ਕਿ ਇੱਥੇ ਚੰਦੂ ਮਾਜਰਾ ਆਉਣ ਵਾਲੇ ਸਮੇਂ 'ਚ ਸਿਆਸਤ ਛੱਡਦੇ ਨੇ ਜਾਂ ਪਾਰਟੀ ਛੱਡਦੇ ਨੇ, ਕੀ ਲੱਗਦਾ? ਦੇਖੋ ਮੈਡਮ, ਜੇ ਆਪਾਂ ਗੱਲ ਇਹਨਾਂ ਸਿਆਸਤਦਾਨਾਂ ਦੀ ਕਰੀਏ, ਰਾਜਨੀਤਿਕ ਲੋਕਾਂ ਦੀ ਕਰੀਏ ਜੀ, ਤਾਂ ਇੱਕ ਜਿਹੜਾ ਜਿਹਨੂੰ ਆਪਾਂ ਠੇਠ ਸ਼ਬਦਾਂ 'ਚ ਕਹਿੰਦੇ ਨਾ, ਜਿੰਦ ਝੱਟ ਦਾ ਭਰੋਸਾ ਨੀ ਜੀ ਹੁੰਦਾ ਵੀ ਇਹ ਲੋਕ ਕਿਆ ਫੈਸਲਾ ਲੈਂਦੇ ਆ, ਸ਼ਾਮ ਨੂੰ ਕੀ ਫੈਸਲਾ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਹਨਾਂ ਦਾ ਕੀ ਬਿਆਨ ਆ ਜਾਂਦਾ ਜੀ। ਜੀ ਦੇਖੋ, ਪ੍ਰੇਮ ਸਿੰਘ ਚੰਦੂ ਮਾਜਰਾ ਦਾ ਜਿਹੜਾ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਜਾਂ ਯੋਗਦਾਨ ਉਹਨਾਂ ਦਾ ਰਿਹਾ, ਜਿੰਨਾ ਵੀ ਨਾਮ ਰਿਹਾ, ਅਗਰ ਇੰਨਾ ਕੁਛ ਹੋਣ ਤੋਂ ਬਾਵਜੂਦ ਵੀ ਉਹ ਕਹਿਣ ਮੈਂ ਸਿਆਸਤ ਛੱਡ ਦਾਂਗਾ, ਦੇਖੋ ਪਾਰਟੀ ਨੀਚੇ ਵੀ ਜਾਂਦੀ ਹੈ, ਉੱਤੇ ਵੀ ਆਉਂਦੀ ਹੈ, ਅੱਪ ਵੀ ਜਾਂਦੀ ਹੈ, ਡਾਊਨ ਵੀ ਆਉਂਦੀ ਹੈ ਜੀ। ਹਾਂਜੀ, ਅਗਰ ਅਸੀਂ ਡਾਊਨ ਦੇ ਟਾਈਮ ਪਾਰਟੀ ਨੂੰ ਛੱਡਦੇ ਹਾਂ ਜੋ ਲੈਣ ਤੋਂ ਬਾਹਰ ਹੁੰਦੇ ਹਾਂ, ਤਾਂ ਕਹਿੰਦੇ ਨੇ ਕਿਤੇ ਨਾ ਕਿਤੇ ਠੀਕ ਨੀ ਹੁੰਦਾ, ਹਿੰਮਤ ਨੀ ਹਾਰਨੀ ਚਾਹੀਦੀ, ਅਗਰ ਕੋਈ ਕਾਰਨ ਆ ਉਹਨੂੰ ਸਾਹਮਣੇ ਰੱਖਣਾ ਚਾਹੀਦਾ ਪਾਰਟੀ ਦੇ ਜੀ, ਕੋਈ ਸੁਧਾਰ ਦੀ ਜ਼ਰੂਰਤ ਹੈ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੈ, ਮੇਨ ਪਾਰਟੀ ਦੇ ਨਾਲ ਗੱਲ ਕਰਕੇ ਆਪਣਾ ਮਸਲਾ ਹੱਲ ਕਰ ਸਕਦੇ ਹਾਂ ਜੀ। ਜੀ ਜੀ ਬਿਲਕੁਲ। ਹਾਲਾਂਕਿ ਮਸਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਸ਼ਰਮਾ ਜੀ, ਕੀ ਕਹਿਣਾ ਚਾਹੋਗੇ ਕਿ ਦੇਖੋ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਦੋਪਾੜ ਜਿਹੜਾ ਇਹ ਪਿਆ ਹੈ, ਇਸ ਦਾ ਆਪਾਂ ਅਸਲ ਕਾਰਨ ਇੱਥੇ ਕੀ ਸਮਝ ਸਕਦੇ ਹਾਂ ਕਿ ਦੇਖੋ ਸਿਆਸੀ ਪਾਰਟੀ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ, ਚੰਦੂ ਮਾਜਰਾ ਹੋ ਗਏ, ਰੱਖੜਾ ਹੋ ਗਏ ਤੇ ਬੀਬੀ ਜਗੀਰ ਕੌਰ, ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਜੋ ਵੱਡੇ ਚਿਹਰੇ ਨੇ, ਇਹਨਾਂ ਵੱਲੋਂ ਇੱਥੇ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਰਹਿ ਕੇ ਬਹੁਤ ਸਾਰੀਆਂ ਗਲਤੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਸੀ, ਹਾਲਾਂਕਿ ਉਹਨਾਂ ਨੇ ਆਪਣੀਆਂ ਗਲਤੀਆਂ ਵੀ ਗਿਣਾ ਕੇ ਜਿਹੜੀ ਮਾਫੀ ਮੰਗੀ ਹੈ। ਦੇਖੋ ਮੈਡਮ,
ਲੇਕਿਨ ਅਗਰ ਪਾਰਟੀ ਨੂੰ ਖੜਾ ਕਰਨਾ ਚਾਹੁੰਦੇ ਆ ਜੀ, ਫਿਰ ਜਿੱਥੇ ਜਿੱਥੇ ਗਲਤੀਆਂ, ਜਿੱਥੇ ਜਿੱਥੇ ਸੁਧਾਰ ਦੀ ਜ਼ਰੂਰਤ ਹੈ, ਉਹ ਪਾਰਟੀ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰਨ। ਕਿਉਂਕਿ ਅਗਰ ਅਸੀਂ ਕਿਸੇ ਨਾਲ ਮਹੀਨਾ ਜਾਂ 2 ਮਹੀਨੇ ਵੀ ਲਾ ਦਿੰਦੇ ਹਾਂ, ਮੋਹ ਪਿਆਰ ਵੱਧ ਜਾਂ ਪਿਆਰ ਰਹਿੰਦਾ ਕਿਤੇ ਨਾ ਕਿਤੇ ਸਾਡਾ ਰਹਿੰਦਾ ਹਮੇਸ਼ਾ ਹੀ, ਲੇਕਿਨ ਸਾਰੀ ਸਾਰੀ ਜ਼ਿੰਦਗੀ ਕੱਟ ਕੇ ਜਾਂ ਉਮਰ ਦਾ ਜ਼ਿਆਦਾ ਟਾਈਮ ਆਪਣੀ ਜ਼ਿੰਦਗੀ ਜਾਂ ਪਾਰਟੀਆਂ ਦੇ ਨਾਲ ਕੱਟ ਕੇ ਬਾਅਦ ਦੇ ਵਿੱਚ ਅਸੀਂ ਸਾਈਡ ਪਰ ਹੋ ਜਾਈਏ, ਤਾਂ ਉਹ ਮੈਂ ਫਿਰ ਦੁਬਾਰੇ ਕਹੂੰਗਾ ਕਿਤੇ ਨਾ ਕਿਤੇ ਸਹੀ ਨੀ ਹੁੰਦਾ। ਅਗਰ ਪਾਰਟੀ ਡਗਮਗਾਉਂਦੀ ਆ, ਲੱਗਦਾ ਵੀ ਪਾਰਟੀ ਨੀਚੇ ਜਾ, ਬਿਲਕੁਲ ਸੋਲਿਊਸ਼ਨ ਕੱਢਣਾ ਚਾਹੀਦਾ ਜੀ। ਬਿਲਕੁਲ ਜੀ ਬਿਲਕੁਲ, ਸੋਲਿਊਸ਼ਨ ਤਾਂ ਹਾਲਾਂਕਿ ਇਹਨਾਂ ਚੀਜ਼ਾਂ ਦਾ ਇੱਥੇ ਕੱਢਣਾ ਹੀ ਚਾਹੀਦਾ ਹੈ। ਪਰ ਜੇਕਰ ਆਪਾਂ ਪਾਰਟੀ ਦੀ ਰਾਜਨੀਤਿਕ ਸਥਿਤੀ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਹੁਣ ਚੰਦੂ ਮਾਜਰਾ ਦੇ ਵੱਲੋਂ ਇੱਥੇ ਇਹ ਬਿਆਨ ਜਿਹੜਾ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ, ਲਗਾਤਾਰ ਉਹ ਆਪਣੀ ਇੰਟਰਵਿਊ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਉਹ ਸਿਆਸਤ ਛੱਡ ਦੇਣਗੇ, ਕੀ ਲੱਗਦਾ ਹੈ ਕਿ ਇੱਥੇ ਵਾਕਈ ਇੱਕ ਲੀਡਰ ਇੱਕ ਪਾਰਟੀ ਤੋਂ ਇੰਨਾ ਅੱਕ ਚੁੱਕਿਆ ਕਿ ਉਹ ਸਿਆਸਤ ਛੱਡ ਸਕਦਾ ਹੈ? ਦੇਖੋ ਮੈਡਮ, ਪਾਰਟੀ ਛੱਡਣਗੇ ਜਾਂ ਸਿਆਸਤ ਛੱਡਣਗੇ, ਘਰ ਬੈਠਣਗੇ ਜਾਂ ਦੂਜੀ ਪਾਰਟੀ ਜਾਣਗੇ, ਦੇਖੋ ਉਹਨਾਂ ਦਾ ਖੁਦ ਦਾ ਫੈਸਲਾ ਹੈ ਜੀ। ਬਿਲਕੁਲ, ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਅਗਰ ਪਾਰਟੀ ਦੇ ਨਾਲ ਤੁਸੀਂ ਇੰਨੇ ਲੰਬੇ ਸਮੇਂ ਤੋਂ ਜੁੜੇ ਹੋ, ਤਾਂ ਪਾਰਟੀ ਨੂੰ ਕੋਈ ਮੇਨ ਕਾਰਨ ਦੱਸੋ ਜਾਂ ਪਾਰਟੀ ਦੇ ਵਿੱਚ ਬੈਠ ਕੇ ਗੱਲਬਾਤ ਕਰੋ। ਦੇਖੋ ਇਹਨਾਂ ਨੂੰ ਇਹ ਲੱਗ ਰਿਹਾ ਵੀ ਇਕੱਲੇ ਸੁਖਬੀਰ ਬਾਦਲ ਕਰਕੇ ਪਾਰਟੀ ਦਾ ਗ੍ਰਾਫ ਹੈ ਜਿਹੜਾ ਉਹ ਨੀਚੇ ਆਇਆ। ਦੇਖੋ ਮੈਂ ਕੱਲ ਵੀ ਗੱਲ ਕੀਤੀ ਸੀ ਮੈਡਮ, ਇੱਕ ਬੰਦਾ ਉਸਦਾ ਜ਼ਿੰਮੇਦਾਰ ਨਹੀਂ ਹੁੰਦਾ, ਇੱਕ ਬੰਦੇ ਦੇ ਨਾਲ ਇੰਨਾ ਫਰਕ ਨਹੀਂ ਜੀ ਪੈਂਦਾ ਹੁੰਦਾ। ਜੇ ਅਸੀਂ ਖੁਦ ਗਲਤੀਆਂ ਕੀਤੀਆਂ ਰਹਿੰਦੀ ਸਰਕਾਰ ਦੇ ਵਿੱਚ ਜਦੋਂ ਸਾਡੇ ਕੋਲ ਸੱਤਾ ਸੀ, ਸੱਤਾ ਦੇ ਨਸ਼ੇ ਦੇ ਵਿੱਚ ਲੋਕਾਂ ਦਾ ਬੁਰਾ ਜਾਂ ਭਲਾ ਨਹੀਂ ਸੋਚਿਆ, ਹਮੇਸ਼ਾ ਹੀ ਬੁਰਾ ਹੀ ਸੋਚਿਆ, ਭਲਾ ਨਹੀਂ ਸੋਚਿਆ, ਉਸ ਟਾਈਮ ਲੱਗਦਾ ਸੀ ਵੀ ਗਲਤੀ ਇਕੱਲੇ ਸੁਖਬੀਰ ਬਾਦਲ ਦੀ ਹੈ। ਅਸੀਂ ਕਹੂੰਗੇ ਵੀ ਜਿਹੜੇ ਜਿਹੜੇ ਨੇ ਗਲਤੀ ਕੀਤੀ ਹੈ, ਜਿਹੜੇ ਜਿਹੜੇ ਨੇ ਵੀ ਪਾਰਟੀ ਦਾ ਨੁਕਸਾਨ ਕੀਤਾ, ਉਹ ਮਾਫ਼ੀ ਮੰਗ ਕੇ ਪਾਰਟੀ ਨੂੰ ਦੁਬਾਰੇ ਪੈਰਾਂ ਤੇ ਖੜੀ ਕਰ ਸਕਦੇ ਹੈ। ਬਿਲਕੁਲ, ਦੇਖੋ ਜੇਕਰ ਮਾਫੀ ਦੀ ਹੀ ਗੱਲ ਆਉਂਦੀ ਹੈ ਇੱਥੇ, ਸੰਜੀਵ ਜੀ ਕੀ ਕਹਿਣਾ ਚਾਹੋਗੇ? ਇੱਕ ਪਾਸੇ ਉਹ ਬਾਗੀ ਧੜਾ ਜੋ ਆਪਣੀ ਗਲਤੀਆਂ ਦੀ ਮਾਫੀ ਮੰਗ ਰਿਹਾ, ਉਹਨਾਂ ਦੇ ਵੱਲੋਂ ਇੱਥੇ ਕਿਹਾ ਜਾ ਰਿਹਾ ਕਿ ਜੇਕਰ ਅਸੀਂ ਮਾਫੀ ਮੰਗ ਰਹੇ ਹਾਂ ਤਾਂ ਸੁਖਬੀਰ ਬਾਦਲ ਵੀ ਤਾਂ ਇੱਥੇ ਮਾਫੀ ਮੰਗ ਸਕਦੇ ਨੇ। ਪਰ ਕੀ ਲੱਗਦਾ ਕਿ ਇੱਥੇ ਸੁਖਬੀਰ ਬਾਦਲ ਦਾ ਅਜੇ ਤੱਕ ਇੱਥੇ ਕੋਈ ਵੀ ਜਿਹੜਾ ਬਿਆਨ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਇਸ ਵਿਸ਼ੇ ਤੇ? ਦੇਖੋ ਮੈਡਮ, ਸੌਰੀ ਕਹਿ ਦੇਣਾ ਜਾਂ ਮੈਨੂੰ ਮਾਫ ਕਰ ਦਿਓ ਜੀ, ਇਹ ਕਹਿ ਦੇਣਾ ਬੜਾ ਆਸਾਨ ਹੁੰਦਾ ਜੀ। ਲੇਕਿਨ ਉਹਦਾ ਜਿਹੜਾ ਮੀਨਿੰਗ ਹੈ, ਉਹਦਾ ਮਤਲਬ ਹੈ, ਉਸ ਤੇ ਅਸੀਂ ਕਿੰਨਾ ਕੰਮ ਕਰਦੇ ਹਾਂ ਜੀ। ਅਮਲ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਅਮਲ ਕਰੋਗੇ, ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ, ਹੋ ਸਕਦਾ ਉਹ ਗਲਤੀਆਂ ਲੋਕ ਕਹਿ ਦੇਣਾ ਮਾਫ਼ੀ ਮੰਗੋ ਜੀ, ਮਾਫ਼ੀ ਮੰਗਣ ਦਾ ਮੌਕਾ ਹੀ ਨਾ ਮਿਲੇ ਜੀ। ਲੇਕਿਨ ਅਸੀਂ ਗਲਤੀਆਂ ਪਰ ਗਲਤੀਆਂ ਕਰਦੇ ਜਾ ਰਹੇ ਹਾਂ ਜੀ, ਫਿਰ ਅਸੀਂ ਕਹਿੰਦੇ ਉਹ ਮਾਫ਼ੀ ਮੰਗੇ, ਉਹ ਮਾਫ਼ੀ ਮੰਗੇ। ਦੇਖੋ ਮੈਂ ਫਿਰ ਦੁਬਾਰੇ ਬੋਲੂਗਾ, ਜਿਹਨੇ ਗਲਤੀ ਕੀਤੀ ਹੈ ਉਹਨੂੰ ਆਪਣੀ ਮਾਫ਼ੀ ਮੰਗ ਕੇ, ਆਪਣੀ ਭੁੱਲ ਬਖਸ਼ਾ ਕੇ ਪਾਰਟੀ ਚ ਦੁਬਾਰੇ ਆ ਕੇ ਪਾਰਟੀ ਨੂੰ ਖੜਾ ਕਰਨ ਦੀ ਜ਼ਰੂਰਤ ਹੈ। ਅਕਾਲੀ ਦਲ ਪਾਰਟੀ ਇੱਕ ਵੱਡੀ ਪਾਰਟੀ ਆ, ਖੇਤਰੀ ਪਾਰਟੀ ਆ, ਕਿਤੇ ਨਾ ਕਿਤੇ ਕਿਸੇ ਪਾਰਟੀ ਦਾ ਗ੍ਰਾਫ ਡਾਊਨ ਹੁੰਦਾ ਜਾਂ ਪਾਰਟੀ ਜਿੱਤਦੀ ਆ, ਤਾਂ ਸੁਬੇ ਦਾ ਨਾਮ ਆ ਜਿਹੜਾ ਕਿਤੇ ਨਾ ਕਿਤੇ ਜੋ ਖਰਾਬ ਹੋਊਗਾ। ਕਿਉਂਕਿ ਇਸ ਕਰਕੇ ਹੁੰਦਾ ਵੀ ਲੋਕ ਕਹਿੰਦੇ ਆ ਚਾਰ ਭਾਈ ਆ ਜਿਹੜੇ ਇਕੱਠੇ ਨੀ ਰਹਿ ਸਕਦੇ, ਪਾਰਟੀ ਦੇ ਵਿੱਚ ਇੰਨਾ ਬਖਰੇਵਾ ਹੁੰਦਾ, ਵਖਰੇਵਾ ਹੋ ਜਾਂਦਾ ਹੈ ਪਾਰਟੀ ਦੇ ਵਿੱਚ, ਪਾੜ ਜਿਹੜਾ
ਪੈ ਜਾਂਦਾ ਹੈ ਤਾਂ ਇੱਥੋਂ ਫਿਰ ਲੋਕ ਵੀ ਕੀ ਸਿੱਖਣਗੇ। ਤੇ ਸਭ ਤੋਂ ਸਪੈਸ਼ਲੀ ਆਪਾਂ ਵੱਡੀ ਗੱਲ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੇ ਲਈ ਇੱਥੇ ਕੀ ਸੋਚਿਆ ਜਾ ਰਿਹਾ। ਜੇਕਰ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਾਰਟੀ ਦੇ ਵਿੱਚ ਕੁਝ ਚੇਂਜਸ ਕੀਤੇ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਲੋਕਾਂ ਦੇ ਵੀ ਭਲਾਈ ਦੇ ਕੰਮ ਹੋ ਸਕਣ ਤੇ ਪਾਰਟੀ ਦਾ ਵੀ ਸੁਧਾਰ ਹੋ ਸਕਦਾ ਹੈ। ਮੈਡਮ ਜੀ, ਲੋਕਾਂ ਬਾਰੇ ਸੋਚਿਆ ਹੁੰਦਾ ਜਾਂ ਲੋਕਾਂ ਦੇ ਹਿੱਤਾਂ ਦੇ ਚੱਲੇ ਹੁੰਦੇ ਜੀ, ਜੀ ਫਿਰ ਪਾਰਟੀ ਦਾ ਗ੍ਰਾਫ ਡਾਊਨ ਨਾ ਜੀ ਆਉਂਦਾ। ਪਾਰਟੀ ਕਦੋਂ ਨੀਚੇ ਆਉਂਦੀ ਹੈ? ਪਾਰਟੀ ਆਉਂਦੀ ਹੈ ਵਰਗ ਤੋਂ ਨੀਚੇ ਜੀ। ਹਾਂਜੀ, ਜਦੋਂ ਇਸ ਕੰਮ ਨਹੀਂ ਕਰਦੇ ਜੀ, ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ, ਲੋਕਾਂ ਨੂੰ ਜੋ ਦੇਣਾ ਚਾਹੀਦਾ ਉਹ ਨਹੀਂ ਜੀ ਦਿੰਦੇ। ਦੇਖੋ ਜਦੋਂ ਸਰਕਾਰਾਂ ਹੁੰਦੀਆਂ ਆਮ ਤੌਰ ਤੇ ਸਦਾ ਹੁੰਦੀ ਹੈ, ਇੰਨਾ ਨਸ਼ਾ ਦਿਮਾਗ ਤੇ ਨਹੀਂ ਚੜਾਉਣਾ ਚਾਹੀਦਾ ਜੀ। ਲੋਕਾਂ ਦਾ ਬੁਰਾ ਕੀ ਆ ਭਲਾ ਕੀ ਭੁੱਲ ਜਾਈਏ। ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰੋਗੇ ਤਾਂ ਲੋਕ ਅਗਲੀ ਵਾਰ ਤੁਹਾਨੂੰ ਆਪ ਚੁਣਨਗੇ। ਬਿਲਕੁਲ ਜੀ, ਬਿਲਕੁਲ ਉਹੀ ਗੱਲ ਹੈ ਕਿ ਲੋਕਾਂ ਨੂੰ ਵੀ ਅੱਜ ਕੱਲ੍ਹ ਦੇਖੋ ਸਭ ਕੁਝ ਦਿਖਦਾ ਹੈ। ਜੇਕਰ ਆਪਾਂ ਰਾਜਨੀਤੀ ਦੀ ਗੱਲ ਕਰਦੇ ਹਾਂ, ਰਾਜਨੀਤੀ ਸਟੰਟਾਂ ਦੀ ਗੱਲ ਕਰਦੇ ਹਾਂ, ਪਬਲਿਕ ਸਟੰਟ ਦੀ ਗੱਲ ਕਰਦੇ ਹਾਂ, ਸਾਰੀਆਂ ਹੀ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਲੋਕਾਂ ਨੂੰ ਬਖੂਬੀ ਦਿਖਦੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਹਰ ਕਿਸੇ ਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇੰਟਰਵਿਊ ਅੱਜ ਕੱਲ੍ਹ ਲੋਕ ਸੁਣਦੇ ਨੇ। ਤੇ ਇੱਥੇ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਪਾਰਟੀ ਨੂੰ ਸੁਧਾਰਨ ਦੀ ਜਿਹੜੀ ਗੱਲ ਇੱਥੇ ਚੰਦੂ ਮਾਜਰਾ ਵੱਲੋਂ ਕਹੀ ਗਈ ਹੈ ਤਾਂ ਉਹਨਾਂ ਵੱਲੋਂ ਇੱਥੇ ਕਿਹਾ ਗਿਆ ਕਿ ਸਿਆਸਤ ਜਿਹੜੀ ਹੈ ਮੈਂ ਛੱਡ ਦਿਆਂਗਾ, ਮੈਂ ਚੋਣਾਂ ਹੀ ਨਹੀਂ ਲੜਾਂਗਾ। ਤਾਂ ਇੱਥੇ ਕੀ ਲੱਗਦਾ ਹੈ ਕਿ ਜੇਕਰ ਪਾਰਟੀ ਦੇ ਵਿੱਚ ਚਲੋ ਕੁਝ ਸੁਧਾਰ ਹੁੰਦੇ ਨੇ ਤਾਂ ਆਉਣ ਵਾਲੇ ਸਮੇਂ 'ਚ ਪਾਰਟੀ ਦੇ ਲਈ ਕਿੰਨੀਆਂ ਕੁ ਮੁਸੀਬਤਾਂ ਆ ਸਕਦੀਆਂ ਨੇ, ਜਾਂ ਫਿਰ ਚੰਦੂ ਮਾਜਰਾ ਇੱਥੇ ਪਾਰਟੀ ਬਦਲ ਸਕਦੇ ਨੇ ਜਾਂ ਫਿਰ ਸਿਆਸਤ ਹੀ ਛੱਡ ਦੇਣਗੇ, ਕੀ ਲੱਗਦਾ ਹੈ? ਕਹਿੰਦੇ ਆ ਵੀ ਅਗਰ ਕਿਸੇ ਨੂੰ ਇਹ ਲੱਗਦਾ ਵੀ ਮੇਰੇ ਪਾਰਟੀ ਛੱਡਣ ਕਰਕੇ, ਮੇਰੀ ਸਿਆਸਤ ਛੱਡਣ ਕਰਕੇ ਇਹਨਾਂ ਦੀ ਪਾਰਟੀ ਅੱਪ ਹੋ ਜਾਵੇ, ਉੱਤੇ ਹੋ ਜਾਵੇ, ਮਨ ਦਾ ਵਹਿਮ ਹੁੰਦਾ ਹੈ ਜੀ। ਦੇਖੋ ਅਗਰ ਕਿਸੇ ਵੀ ਪਾਰਟੀ ਦੀ ਵਿੱਚ ਗੱਲ ਕਰੀਏ, ਚਾਹੇ ਆਮ ਆਦਮੀ ਪਾਰਟੀ, ਕਾਂਗਰਸ, ਚਲੋ ਬਾਕੀ ਗੱਲ ਪਾਰਟੀ ਹੈ ਜੀ, ਅਗਰ ਤੁਹਾਨੂੰ ਪੁਰਾਣੇ ਚਿਹਰੇ ਲੱਗਦੇ ਆ ਵੀ ਪੁਰਾਣੇ ਚਿਹਰੇ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਸਾਥ ਨਹੀਂ ਦੇ ਰਹੇ, ਪਾਰਟੀ ਨੂੰ ਖੜਾ ਕਰਨ ਦੇ ਵਿੱਚ ਮਦਦ ਨਹੀਂ ਕਰ ਰਹੇ, ਤਾਂ ਸਾਨੂੰ ਚਿਹਰੇ ਬਦਲ ਦੇਣੇ ਚਾਹੀਦੇ ਆ। ਉਹਨਾਂ ਚਿਹਰਿਆਂ ਨੂੰ ਅੱਗੇ ਲੈ ਕੇ ਆਓ ਜਿਹੜੇ ਤੁਹਾਡੇ ਨਾਲ ਪਤਾ ਨੀ ਕਿੰਨੇ ਕਿੰਨੇ ਸਾਲਾਂ ਤੋਂ ਜੁੜੇ ਹੋਏ ਆ, ਜਿਹੜਾ ਵਰਕਰੇ ਬਣਾ ਕੇ ਰੱਖਿਆ ਹੋਇਆ, ਇਹਨਾਂ ਦੇ ਚਿਹਰੇ ਅੱਗੇ ਲੈ ਕੇ ਆਓ। ਜਦੋਂ ਤੁਹਾਡੀ ਏਦਾਂ ਦੀ ਸੋਚ ਆਊਗੀ, ਪਾਰਟੀ ਫਿਰ ਇਹ ਮੈਟਰ ਨਹੀਂ ਕਰੂਗੀ ਚਿਹਰਾ ਨਵਾਂ ਜਾਂ ਪੁਰਾਣਾ, ਤੁਹਾਡੀ ਸੋਚ ਤੇ ਮੈਟਰ ਹੋਊਗਾ ਜੀ ਸਾਰਾ ਕੁਝ। ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ। ਹਾਂਜੀ, ਤੇ ਕਿਤੇ ਨਾ ਕਿਤੇ ਅਕਾਲੀ ਦਲ ਪਾਰਟੀ ਦੇ ਵਿੱਚ ਜਿਹੜਾ ਦੋਪਾੜ ਹੋਇਆ ਇਸ ਨੂੰ ਲੈ ਕੇ ਬਹੁਤ ਸਾਰੀਆਂ ਹੁਣ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ। ਕਿਆਸ ਵੀ ਇੱਥੇ ਦੇਖੋ ਕਿਸ ਤਰੀਕੇ ਦੇ ਨੇ, ਕਿਆਸ ਇੱਥੇ ਇਹੀ ਨੇ ਕਿ ਜਿਹੜੇ ਹੁਣ ਬਾਗੀ ਲੀਡਰ ਨੇ ਉਹ ਇੱਥੇ ਕੀ ਲੱਗਦਾ ਹੈ ਕਿ ਪਾਰਟੀ ਜਿਹੜੀ ਆ ਚੇਂਜ ਕਰਦੇ ਨੇ ਜਾਂ ਫਿਰ ਅਕਾਲੀ ਦਲ ਨੂੰ ਸਟਰੋਂਗ ਬਣਾਉਣ ਦੇ ਲਈ, ਮਜ਼ਬੂਤ ਕਰਨ ਦੇ ਲਈ ਕੋਈ ਨਾ ਕੋਈ ਦਾਂਵ ਪੀਚ ਜਿਹੜਾ ਹੈ ਉਹ ਇੱਥੇ ਖੇਡਦੇ ਨੇ। ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਪੰਜਾਬ ਦੀ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਕਾਫੀ ਹੱਦ ਤੱਕ ਸਟਰੋਂਗ ਪਾਰਟੀ ਹੈ। ਪਰ ਪਿਛਲੇ 4 ਸਾਲਾਂ ਦੀ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਤੀਜਾ ਜਿਹੜਾ ਆਪਣੇ ਸਾਹਮਣੇ ਹੀ ਰਿਹਾ ਹੈ ਕਿ ਕਿੱਦਾਂ ਗ੍ਰਾਫ ਜਿਹੜਾ ਹੈ ਉਹ ਡਿੱਗਦਾ ਹੋਇਆ ਨਜ਼ਰ ਆਇਆ ਸੀ। ਇੱਥੇ ਆਪਣੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕੰਟੀਨਿਊ ਰੱਖਦੇ ਹਾਂ। ਹੈਲੋ, ਨਮਸਕਾਰ ਸਰ, ਕਿੱਥੋਂ ਬੋਲਦੇ ਹੋ? ਹਾਂਜੀ ਰਾਜਿੰਦਰ ਜੀ, ਬਹੁਤ ਬਹੁਤ ਪਹਿਲਾਂ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਰਾਜਿੰਦਰ ਜੀ, ਅੱਜ ਚੰਦੂ ਮਾਜਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਚਿਹਰਾ ਵੱਡਾ ਨਾਂ ਨੇ, ਉਹਨਾਂ ਦਾ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆ ਰਿਹਾ ਜਿਸ ਚੋਂ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਸੁਧਾਰ ਹੁੰਦਾ ਹੈ ਤਾਂ ਫਿਰ ਦੇਖੋ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਬਣਨਾ ਬਰਕਰਾਰ ਹੈ, ਪਰ ਜੇਕਰ ਸੁਧਾਰ ਨਹੀਂ ਹੁੰਦਾ
ਤਾਂ ਇੱਥੇ ਉਹਨਾਂ ਦੇ ਵੱਲੋਂ ਗੱਲਾਂ ਕਹੀਆਂ ਗਈਆਂ ਨੇ ਕਿ ਮੈਂ ਸਿਆਸਤ ਛੱਡ ਦਿਆਂਗਾ, ਮੈਂ ਆਉਣ ਵਾਲੀ 2025 ਦੀਆਂ ਚੋਣਾਂ ਵੀ ਨਹੀਂ ਲੜਾਂਗਾ, ਕੀ ਲੱਗਦਾ? ਨਾ ਚੋਣਾਂ ਕਿਉਂ ਨਹੀਂ ਲੜਨੇ, ਲੜੇ ਚੋਣ, ਅਜੇ ਰਿਜ਼ਲਟ ਮਿਲਿਆ ਨਹੀਂ ਇਹਨਾਂ ਨੂੰ ਜੀ, ਅਜੇ ਤਾਈ ਮਤਲਬ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਪੰਥ ਅਕਾਲੀ ਦਲ ਅਸੀਂ ਆ ਤਾਂ ਅਕਾਲੀ ਦਲ ਲੋਕ ਨੇ, ਮਤਲਬ ਹਜੇ ਹੋਰ ਕੀ ਚਾਹੁੰਦੇ ਨੇ ਇਹ ਵੀ, ਹਲੇ ਮਤਲਬ ਲੋਕਾਂ ਤੋਂ ਹੋਰ ਕੀ ਉਮੀਦ ਰੱਖਦੇ ਨੇ ਇਹ ਵੀ ਸਾਨੂੰ ਲੋਕ ਸਬਕ ਸਿਖਾਉਣ ਜੀ। ਇਹਨਾਂ ਦਾ ਆਪਦਾ ਹੀ ਫਰਜ਼ ਬਣਦਾ ਹੈ, ਫਰਜ਼ ਤਾਂ ਇਹਨਾਂ ਦਾ ਇਹ ਹੈ ਵੀ ਪੰਜਾਬ ਛੱਡ ਕੇ ਵਗ ਜਾਣ ਜੀ, ਕਿਸੇ ਇੱਧਰ ਮਹਾਰਾਸ਼ਟਰ ਜਾਂ ਅਸਾਮ ਦੇ ਜੰਗਲਾਂ ਚ ਵਗ ਜਾਣ। ਕੀ ਹੈ ਜੀ ਇਹ 40-45 ਬੰਦੇ ਨੇ ਅਕਾਲੀ ਦਲ ਦੇ ਜੀ, 40-45 ਬੰਦੇ ਨੇ ਕਾਂਗਰਸ ਦੇ, 4-5 ਬੰਦੇ ਨੇ ਬੀਜੇਪੀ ਦੇ ਜੀ, 4-5 ਬੰਦੇ ਨੇ ਆਪ ਵਾਲਿਆਂ ਦੇ। ਇਹਨਾਂ ਦੇ ਭਰ ਕੇ 2 ਟਰੱਕ ਉੱਥੇ ਮੁਕਾਬਲਾ ਦਿਖਾ ਦੇਣ ਇਹਨਾਂ ਦਾ, ਉਹ ਜੰਗਲਾਂ ਚ ਜਿੱਥੇ ਪੰਜਾਬ ਦੇ ਜਿੱਥੇ ਹਿੰਦੁਸਤਾਨ ਦੇ ਨੌਜਵਾਨ ਮੁੰਡਿਆਂ ਦਾ ਇਨਕਾਊਂਟਰ ਕਰਦੀਆਂ ਨੇ ਨਾ ਸੈਂਟਰ ਸਰਕਾਰਾਂ, ਉੱਥੇ ਲਿਜਾ ਕੇ ਇਹਨਾਂ ਦੇ ਇਨਕਾਊਂਟਰ ਕਰਨ ਵਾਲੇ ਨੇ ਭਾਲਦੇ ਨੇ ਸਿਆਸਤ। ਹੁਣ ਇਹਨਾਂ ਨੂੰ ਮਾੜੀ ਮੋਟੀ ਤਾਂ ਕੋਈ ਚਾਹੀਦੀ ਹੈ ਜੀ ਸੰਘ ਸ਼ਰਮ, ਮਤਲਬ ਇਹਨਾਂ ਨੇ ਤਾਂ ਬੇੜਾ ਦਾ ਬਹਾਤਾ, ਅਕਾਲੀ ਦਲ ਦਾ ਬਹਾਤਾ, ਪਬਲਿਕ ਦਾ ਬਹਾਤਾ, ਪੰਥ ਦਾ ਬਹਾਤਾ। ਪੰਥ ਨੇ ਇਹ ਜਿਵੇਂ ਵਾਲ ਕੱਢ ਕੇ ਮਾਰਦੇ ਆ ਅਖੀਰ ਚੋਂ, ਐ ਕੱਢ ਕੇ ਮਾਰੇ, ਹਜੇ ਕਹੀ ਜਾਂਦੇ ਨੇ ਅਸੀਂ ਸਿਆਸਤ, ਅਸੀਂ ਅਕਾਲੀ ਦਲ, ਇਹ ਸਭ ਇਹਨਾਂ ਦੀਆਂ ਗਿੱਦੜ ਚਾਲਾਂ ਨੇ, ਚਾਲਾਂ ਜੀ ਜੀ ਜੀ, ਇਹ ਜਾਣ ਕੇ ਕਰਦੇ ਨੇ ਵੀ ਜੇ ਲੋਕ ਸੋਡੇ ਮਗਰ ਸਾਡੇ ਮਗਰ ਨੀ ਲੱਗਦੇ ਸੋਡੇ ਮਗਰ ਲੱਗ ਜਾਣ, ਜੇ ਸੋਡੇ ਮਗਰ ਨੀ ਲੱਗਦੇ ਸਾਡੇ ਮਗਰ ਲੱਗ ਜਾਣ, ਕੱਲ ਨੂੰ ਤੁਸੀਂ ਸਾਡੇ ਚ ਆ ਜਾਓ ਅਸੀਂ ਸੋਡੇ ਚ ਆ ਜਾਵਾਂਗੇ। ਲੋਕ ਇਹਨਾਂ ਇਹਨਾਂ ਦੀਆਂ ਚਾਲਾਂ ਸਮਝੀ ਜਾਂਦੇ ਨੇ, ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਜੀ ਜੀ ਰਾਜਿੰਦਰ ਜੀ ਜੀ, ਹਾਂਜੀ ਰਾਜਿੰਦਰ ਜੀ, ਇੱਥੇ ਕੀ ਲੱਗਦਾ? ਯੋਗ ਨਹੀਂ ਹਨ ਉਹ, ਇਹਨਾਂ ਨੂੰ ਟ੍ਰਾਇਲ ਭੁਗਤ ਕੇ ਸਜ਼ਾਵਾਂ ਦਿੱਤੀਆਂ ਜਾਣ, ਸਜ਼ਾਵਾਂ ਵੀ ਉਹ ਮਿਸਾਲੀ ਸਜ਼ਾਵਾਂ ਹੋਣ, ਜਿਹੜੀਆਂ ਇਹ 40-50 ਬੰਦੇ ਨੇ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਉਹਦੇ ਕਹਿਣ ਵਾਂਗੂ ਜੰਡ ਚ ਖੜ ਕੇ ਗੋਲੀ ਮਾਰੀ ਜਾਵੇ ਜੰਡ ਤੇ ਟੰਗ ਕੇ ਇਹਨਾਂ ਦੇ, ਇਹਨਾਂ ਦੇ ਬੇੜਾ ਗਰਕ ਕਰਤਾ। ਇਦੂ ਵੱਧ ਮੈਡਮ ਹੋਰ ਕੁਛ ਕਹਿ ਨਹੀਂ ਸਕਦੇ, ਵੀ ਗੱਲ ਇਹ ਹੈ ਇਹ ਇਹਨਾਂ ਦੇ ਅਪਰਾਧ ਨੇ ਜਿਹੜੇ, ਮਾਫੀ ਯੋਗ ਨੀ, ਮਾਫੀ ਸ਼ਬਦ ਹੀ ਨੀ ਹੋਣਾ ਚਾਹੀਦਾ ਇਹਨਾਂ ਵਾਸਤੇ ਤਾਂ, ਇਹਨਾਂ ਵਾਸਤੇ ਤਾਂ ਜੀ ਬਿਲਕੁਲ। ਤੇ ਇੱਥੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਰਾਜਿੰਦਰ ਜੀ, ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਚੰਦੂ ਮਾਜਰਾ ਜਿਹੜੇ ਨੇ ਉਹ ਪਾਰਟੀ ਵੀ ਕੀ ਛੱਡ ਸਕਦੇ ਨੇ, ਕਿਉਂਕਿ ਕਿਆਸ ਲਗਾਏ ਜਾ ਰਹੇ ਨੇ ਬੀਜੇਪੀ ਦੇ ਨਾਲ ਉਹਨਾਂ ਦੇ? ਪਾਰਟੀ ਛਡਾ ਤਾਂ ਦਿੱਤੀ ਜੀ, ਜ਼ਬਤ ਕਰਾਤੀਆਂ, ਅਕਾਲ ਤਖ਼ਤ ਮੂਹਰੇ ਇਹ ਆਪਦਾ ਪਰਿਵਾਰਕ ਜੋ ਕਮਾਈ ਆ ਉਹ ਛੱਡ ਕੇ, ਉਦੋਂ ਬਾਅਦ ਇਹਨਾਂ ਨੂੰ ਇੱਕੋ ਹੀ ਹੈ, ਹਾਂਜੀ ਇਹਨਾਂ ਨੇ ਮਲਿਆਈ ਖਾਧੀ ਹੈ ਉਹਦਾ ਪੈਸਾ ਅਕਾਲ ਤਖ਼ਤ ਦੇ ਨਾਂ ਕਰਾ ਦੇਣਾ ਬਿਲਕੁਲ, ਉਦੋਂ ਬਾਅਦ ਲੋਕ ਸੋਚਣਗੇ ਫੇਰ ਵੀ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ ਜਾਂ ਮਾਫ਼ੀ ਦੇਣੀ ਹੈ। ਬਿਲਕੁਲ ਜੀ ਬਿਲਕੁਲ, ਹਿੰਮਤ ਨੀ ਹੈਗੀ, ਇਹ ਤਾਂ ਰੋਮ ਰੋਮ ਕਹੀ ਜਾਂਦੇ ਨੇ, ਪੈਸਾ ਨੀ ਕਹਿੰਦੇ ਵੀ ਸਾਡਾ ਪੰਥ ਹੈ ਜੀ, ਇਹਨਾਂ ਦੀਆਂ ਗੱਲਾਂ ਸੁਣੋ ਵਿੱਚ ਬੜੀ ਸਿਆਸਤ ਬੋਲਦੀ ਹੈ, ਇਹ ਕਹਿਣਗੇ ਸਾਡਾ ਰੋਮ ਰੋਮ ਪੰਥ ਦਾ, ਰੋਮ ਰੋਮ ਕਾਹਦਾ ਪੰਥ ਦਾ, ਪੈਸਾ ਪੈਸਾ ਪੰਥ ਦਾ ਕਹਿਣਾ ਜੀ, ਸਾਰਾ ਪੈਸਾ ਜਿੰਨਾ ਨਜਾਇਜ਼ ਕਮਾਈ ਕੀਤੀ ਹੈ ਇਹਨਾਂ ਦੇ ਪਿਓ ਦਾਦਿਆਂ ਦੀਆਂ ਜਾਇਦਾਦਾਂ ਤੋਂ ਬਿਨਾਂ, ਇਹਨਾਂ ਦੀਆਂ ਜਾਇਦਾਦਾਂ ਇਹਨਾਂ ਨੇ ਬਣਾਈਆਂ ਨੇ ਉਹ ਸਿੱਖ ਪੰਥ ਦੇ ਨਾਂ ਹੋਣ, ਉਹ ਸਿੱਖ ਬੱਚਿਆਂ ਦੀ ਭਲਾਈ ਦੇ ਲਈ ਹੋਵੇ, ਸਿੱਖ ਗਰੀਬ ਪਰਿਵਾਰਾਂ ਦੇ ਲਈ ਉਹ ਹੋਵੇ, ਸਰਾਵਾਂ ਦੇ ਵਿੱਚ ਥਾਵਾਂ ਮਿਲਣ ਲੋਕਾਂ ਨੂੰ, ਉਹ ਚੀਜ਼ ਸਹੂਲਤ, ਉਹ ਤਾਂ ਇਹ ਕਹਿੰਦੇ ਰੋਮ ਰੋਮ ਇਹਨਾਂ ਦੇ ਧੋਦਾ, ਇਹਨਾਂ ਦੇ ਰੋਮ ਤੋਂ ਕਰਾਉਣਾ ਕੀ ਹੈ ਕਿਸੇ ਨੇ? ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ। ਹਾਂਜੀ, ਤਾਂ ਦੇਖੋ ਲਗਾਤਾਰ ਜਿਹੜੇ ਆਪਣੇ ਨਾਲ ਕਾਲਰ ਜੁੜਦੇ ਨੇ ਉਹ ਆਪਣੀ ਰਾਏ ਵੀ ਸਾਂਝੀ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਪਾਰਟੀ ਦੀ ਜਿਹੜੀ ਸਥਿਤੀ ਹੈ ਇਸ ਨੂੰ ਲੈ ਕੇ ਚੱਲ ਰਹੇ ਨੇ। ਤਾਂ ਤੁਹਾਡੇ ਵੀ ਜੇਕਰ ਇਸ ਵਿਸ਼ੇ ਤੇ ਕੋਈ ਵਿਚਾਰ ਨੇ ਤੁਸੀਂ ਸਾਡੇ ਨਾਲ
ਸਾਂਝੇ ਕਰ ਸਕਦੇ ਹੋ, ਸਾਨੂੰ ਕਮੈਂਟ ਕਰ ਸਕਦੇ ਹੋ। ਤੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਹੁਣ ਸਥਿਤੀ ਦੀ ਗੱਲ ਕੀਤੀ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਕਿੱਦਾਂ ਦਾ ਅਸਰ ਪਏਗਾ, ਜਾਂ ਫਿਰ ਜਿਹੜੇ ਲੀਡਰ ਅੱਜ ਇੰਟਰਵਿਊਜ਼ ਦੇ ਵਿੱਚ ਤਾਂ ਬੋਲ ਹੀ ਰਹੇ ਨੇ ਕਿ ਸਿਆਸਤ ਛੱਡ ਦੇਵਾਂਗੇ, ਕਿ ਆਉਣ ਵਾਲੇ ਸਮੇਂ 'ਚ ਵਾਕਈ ਇੱਥੇ ਸਿਆਸਤ ਛੱਡਦੇ ਨੇ ਜਾਂ ਪਾਰਟੀ ਚੇਂਜ ਕਰਦੇ ਨੇ, ਇਹ ਵੀ ਫਿਲਹਾਲ ਸਮਾਂ ਹੀ ਤੈਅ ਕਰੇਗਾ। ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ TV ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ। ਧੰਨਵਾਦ।